ਗੁਰਦੁਆਰਾ ਮਜਨੂੰ ਕਾ ਟਿੱਲਾ ਵਿੱਚ 2000 ਦੇ ਕਰੀਬ ਲੋਕਾਂ ਨੂੰ ਸ਼ਰਨ ਦੇਣ ਦੇ ਮਾਮਲੇ ਵਿੱਚ ਦਿੱਲੀ ਸਰਕਾਰ ਵੱਲੋਂ ਗੁਰਦੁਆਰਾ ਮੈਨੇਜਰ ਸਮੇਤ DSGMC ਉੱਪਰ ਕਰਵਾਈ FIR ਤੋਂ ਬਾਅਦ DSGMC ਮੁਖੀ ਮਨਜਿੰਦਰ ਸਿੰਘ ਸਿਰਸਾ ਦਾ ਪਾਰਾ 7ਵੇਂ ਅਸਮਾਨ ਤੇ ਹੈ। DSGMC ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਤੰਜਮਈ ਲਹਿਜੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਪਰ ਨਿਸ਼ਾਨਾ ਸਾਧਿਆ ਹੈ। ਮੈਂ ਧੰਨਵਾਦ ਕਰਤਾ ਹੂੰ ਦਿੱਲੀ ਕੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕਾ, ਨਾਰਥ ਕੇ ਡਿਪਟੀ ਕਮਿਸ਼ਨਰ ਕਾ, ਨਾਰਥ ਕੇ SDM ਕਾ, जिन्होंने दिल्ली से गुरुद्वारा मैनेजमेंट कमेटी की मैनेजमेंट के ऊपर FIR दर्ज करवाई और ये कहकर करवाई कि जो 205 लोग राहगीर आए थे जिसमें हिंदू भी थे, मुसलमान भी थे, ईसाई भी थे। ਅਤੇ ਕਿਹਾ ਕਿ ਇੱਕ ਤਾਂ ਉਹਨਾਂ ਵੱਲੋਂ ਇੱਥੇ ਫਸੇ 2000 ਦੇ ਕਰੀਬ ਲੋਕਾਂ ਨੂੰ ਗੁਰਦੁਆਰਾ ਵਿੱਚ ਠਾਰ ਦਿੱਤੀ ਗਈ, ਉਲਟਾ ਉਹਨਾਂ ਉੱਪਰ ਹੀ ਮੁਕੱਦਮੇ ਦਰਜ ਕਰਵਾਏ ਜਾ ਰਹੇ ਨੇ। ਸਿਰਸਾ ਦਾ ਕਹਿਣਾ ਹੈ ਕਿ 2000 ਬੰਦਿਆਂ ਨੂੰ ਗੁਰਦੁਆਰਾ ਮਜਨੂੰ ਕਾ ਟਿੱਲਾ ਦੀ ਸਰਾਂ ਵਿੱਚ ਇਕਾਂਤਵਾਸ ਵਿੱਚ ਰੱਖਿਆ ਗਿਆ ਸੀ, ਜਿਸ ਦੀ ਸਾਰੀ ਜ਼ਿੰਮੇਵਾਰੀ DSGMC ਲੈ ਰਹੀ ਸੀ। ਇਨਕੀ ਜ਼ਿੰਮੇਵਾਰੀ ਪੰਜਾਬ ਸਰਕਾਰ ਕੀ ਔਰ ਦਿੱਲੀ ਸਰਕਾਰ ਕੀ ਥੀ, ਜੋ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਪਾਏ ਔਰ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਨਕੋ ਵਹਾਂ ਸ਼ਰਨ ਦੀ, ਜੋ ਜਗ੍ਹਾ ਮਜਨੂੰ ਕਾ ਟਿੱਲਾ ਸਰਾਂ ਔਰ ਹਮਾਰਾ लंगर हॉल जो हमने क्वारंटीन बेस के लिए खुद दिल्ली सरकार को चिट्ठी लिख कर दिया था आज से 15 दिन पहले, और वहां पे वो सेफ थे, वो क्वारंटीन बेस के अंदर थे, सेफ डिस्टेंस में रखा गया था। साडे वालों इसलिए बकायदा पंजाब सरकार ते दिल्ली दी अरविंद केजरीवाल सरकार नू 30 ते 31 अप्रैल नू वीडियो जारी कर अपील की गई सी कि इन्हां लोकां नू करो करी पहुंचाया जावे, पर इन्हां दे जाण दा कोई इंतजाम करन दी थां उल्टा DSGMC उपर ही ਕਾਰਵਾਈ ਕਰ ਦਿੱਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਲੋਕ ਇਸ ਸਰਾਂ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਸਨ। 29 ਤਰੀਕ ਕੋ ਜੋ ਆਏ ਥੇ ਔਰ ਜਿਸ ਕੀ ਜਾਣਕਾਰੀ 30 ਤਰੀਕ ਕੋ ਅਰਵਿੰਦ ਕੇਜਰੀਵਾਲ ਜੀ ਕੋ ਦੀ ਗਈ, ਪੰਜਾਬ ਕੇ ਮੁੱਖ ਮੰਤਰੀ ਕੋ ਦੀ ਗਈ, 31 ਤਰੀਕ ਕੋ ਦੁਬਾਰਾ ਸੇ ਵੀਡੀਓ ਡਾਲ ਕਰ ਦੀ ਗਈ ਔਰ ਫਿਰ ਸਰਕਾਰ ਹੋਸ਼ ਮੇ ਆਈ, ਜਬਕਿ ਇਹ ਸਰਕਾਰ ਕਾ ਫਰਜ਼ ਬਣਤਾ ਥਾ ਉਨਕੋ ਸੰਭਾਲਣਾ, ਉਨਕੋ ਜਗ੍ਹਾ ਦੇਣੀ, ਦੇਸ਼ ਕੇ ਪ੍ਰਧਾਨ ਮੰਤਰੀ ਨੇ ਵੀ ਯਹੀ ਕਹਾ ਥਾ ਕਿ ਜੋ ਜਹਾਂ ਪੇ ਵਹਾਂ ਪੇ ਟਿਕਾ ਰਹੇ। ਪਰ ਹੁਣ ਉਹਨਾਂ ਨੂੰ ਦਿੱਲੀ ਦੇ ਕਿਸੇ ਸਕੂਲ ਵਿੱਚ ਇਕਾਂਤਵਾਸ ਲਈ ਸ਼ਿਫਟ ਕਰ ਦਿੱਤਾ ਗਿਆ ਹੈ ਜੋ ਕਿਸੇ ਵੀ ਪੱਖੋਂ ਹਾਈਜੈਨਿਕ ਨਹੀਂ। ਉੱਥੇ ਵੀ ਉਹਨਾਂ ਨੂੰ 3 ਟਾਈਮ ਦਾ ਲੰਗਰ DSGMC ਹੀ ਮੁਹੱਈਆ ਕਰਵਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਲਈ ਮਨੁੱਖਤਾ ਸਭ ਤੋਂ ਉੱਪਰ ਹੈ, ਸੋ ਅਸੀਂ ਇਹਨਾਂ ਨੂੰ ਲੰਗਰ ਮੁਹੱਈਆ ਕਰਵਾ ਰਹੇ ਹਾਂ, ਪਰ ਸਰਕਾਰ ਆਪਣੇ ਅਫਸਰਾਂ ਨੂੰ ਬਚਾਉਣ ਲਈ ਗੁਰਦੁਆਰਾ ਕਮੇਟੀ ਤੇ ਹੀ ਮਾਮਲੇ ਦਰਜ ਕਰਵਾ ਰਹੀ ਹੈ। ਦਿੱਲੀ ਸਰਕਾਰ ਆਪਣੀ ਜ਼ਿੰਮੇਵਾਰੀ ਸੇ ਭਾਗਤੇ ਹੋਏ ਉਨ ਲੋਕੋ ਕੋ ਉਠਾ ਕੇ ਉਸ ਸਕੂਲ ਮੇ ਫੇਂਕ ਆਈ ਜਹਾਂ ਪੇ ਵੋ ਸੇਫ ਵੀ ਨਹੀਂ ਹੈ, ਬੜੇ ਅਨਸਿਫ ਅਨਹਾਈਜੀਨਿਕ ਹਾਲਾਤੋਂ ਮੇ ਇਨਕੋ ਰੱਖਾ ਗਿਆ ਹੈ ਔਰ ਫਿਰ ਦਿੱਲੀ ਕੋ ਇੱਕ ਹਮੇ ਹੀ ਕਹਾ ਗਿਆ ਹੈ ਉਨਕੋ 3 ਵਕਤ ਕਾ ਖਾਣਾ ਦੋ ਔਰ ਉਨ੍ਹੀਂ ਪੇ ਮੁਕੱਦਮਾ ਦਰਜ ਕਰਵਾ ਰਹੇ ਹੋ ਆਪ, ਜੋ ਲੋਕੋ ਸੇ ਆਪ 1,00,000 ਲੋਕੋ ਕੇ ਦਿੱਲੀ ਕੇ ਲੀਏ ਰੋਜ਼ ਲੰਗਰ ਲੈ ਰਹੇ ਹੋ ਜਿਸ ਕੇ ਉਨ੍ਹੀਂ ਕੇ ਉੱਪਰ ਮੁਕੱਦਮਾ ਦਰਜ ਕੀਆ ਜਾ ਰਹਾ ਹੈ, ਯੇ ਮਾਨਵਤਾ ਕੀ ਸੇਵਾ ਆਪ ਕਰ ਰਹੇ ਹੈਂ, ਹਮ ਆਪਣੀ ਸੇਵਾ ਸੇ ਅਭੀ ਵੀ ਪੀਛੇ ਨਹੀਂ ਹਟੇਂਗੇ, ਹਮ 1,00,000 ਕੀ ਜਗ੍ਹਾ 2,00,000 ਲੋਕੋ ਕਾ ਖਾਣਾ ਦੇਂਗੇ, ਹਮਨੇ ਜੋ ਡਾਕਟਰ ਜੋ ਨਰਸਿਸ ਜਿਨਕੋ ਲੋਕੋ ਨੇ ਘਰੋਂ ਮੇ ਨਹੀਂ ਰੱਖਾ, ਹਮਨੇ ਉਨਕੋ ਆਪਣੀ ਸਰਾਓਂ ਮੇ ਲਾ ਕੇ ਰੱਖਾ ਔਰ ਆਪ ਉਸ ਸੰਸਥਾ ਕੇ ਉੱਪਰ ਮੁਕੱਦਮਾ ਦਰਜ ਕਰਾ ਰਹੇ ਹੈ ਜੋ ਮਾਨਵਤਾ ਕੀ ਸੇਵਾ ਮੇ ਇਸ ਆਪਦਾ ਮੇ ਪੂਰਾ ਜ਼ੋਰ ਸੇ ਆਪਣੀ ਸਾਰੀ ਜਾਨ ਕਾ ਜੋਖਮ ਲਗਾ ਕੇ ਲਗੀ ਹੋਈ ਹੈ, ਉਸ ਕੇ ਉੱਪਰ ਆਪ ਮੁਕੱਦਮਾ ਇਸ ਲਈ ਦਰਜ ਕਰਾ ਰਹੇ ਕਿਉਂਕਿ ਆਪ ਆਪਣੇ ਅਫਸਰੋਂ ਕੋ ਬਚਾਉਣਾ ਚਾਹਤੇ ਹੈ। ਬਹੁਤ ਹੀ ਸ਼ਰਮ ਕੀ ਬਾਤ ਹੈ, ਹਮੇ ਅਫਸੋਸ ਵੀ ਹੈ, ਹਮੇ ਦੁੱਖ ਵੀ ਹੈ, ਲੇਕਿਨ ਇਸ ਦੁੱਖ ਔਰ ਅਫਸੋਸ ਕੇ ਸਾਥ ਮਾਨਵਤਾ ਕੀ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ। ਉਧਰ ਪੰਜਾਬ ਦੇ ਵਿਸ਼ੇਸ਼ ਚੀਫ ਸਕੱਤਰ KBS ਸਿੱਧੂ ਨੇ ਵੀ ਟਵੀਟ ਕਰਕੇ ਕਿਹਾ ਕਿ ਗੁਰਦੁਆਰਾ ਕਮੇਟੀ ਉੱਪਰ FIR ਦਰਜ ਕਰਨ ਦੀ ਥਾਂ ਪ੍ਰਸ਼ਾਸਨ ਨੂੰ ਇਹ ਚਾਹੀਦਾ ਸੀ ਕਿ ਇਸ ਨੂੰ ਹੀ ਕੁਆਰੰਟਾਈਨ ਕੈਂਪ ਐਲਾਨ ਦਿੰਦੇ। ਜ਼ਿਕਰ ਖਾਸ ਹੈ ਕਿ 200 ਦੇ ਕਰੀਬ ਇਹ ਲੋਕ ਗੁਰਦੁਆਰਾ ਸਾਹਿਬ ਵਿੱਚ ਫਸੇ ਹੋਏ ਸਨ, ਇਹ 29 ਤਾਰੀਖ ਤੋਂ ਗੁਰਦੁਆਰਾ ਸਾਹਿਬ ਵਿੱਚ ਸਨ ਅਤੇ ਇਹਨਾਂ ਨੂੰ ਗੁਰਦੁਆਰਾ ਮਜਨੂੰ ਕਾ ਟਿੱਲਾ ਸਰਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਇਸ ਸਰਾਂ ਨੂੰ ਕੁਆਰੰਟਾਈਨ ਕੈਂਪ ਬਣਾਉਣ ਦੀ ਗੁਜਾਰਿਸ਼ DSGMC ਵੱਲੋਂ ਪਹਿਲਾਂ ਵੀ ਕੀਤੀ ਗਈ ਸੀ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।